सत श्री अकाल, तुसी वेख रहे हो पंजाब मेल यूएसए टीवी। पंजाब चर्चा दे विच स्वागत, मैं हाँ संजीव यश खन्ना। मोदी साहब जदों गए ने अमेरिका तो उत्थे उन्होंने प्रेस कॉन्फ्रेंस अटेंड की है, क्योंकि भारत विच ते बहुत घट प्रेस कॉन्फ्रेंस वो करते हैं। अमेरिका दे विच प्रेस कॉन्फ्रेंस दे विच उन्होंने कई तरह के सवाल पूछे गए। जो रीसेंट विजिट रही है, स्टेट विजिट प्राइम मिनिस्टर मोदी की, बाइडन साहब ने बहुत दिलचस्पी ली है इस विजिट दे विच और बहुत वेलकम किया है, कई डील्स हुई ने। तो प्रेस कॉन्फ्रेंस की असं गल कर रहे हैं, कई गल् हुई इकोनमी के बारे भी, क्योंकि वक् वक् विषयों के उत्ते पत्रकारों ने उन्होंने सवाल जवाब किए ने। इकोनमी बारे भी गलबात हुई है और डिकलेयर उन्होंने ये किया कि पंजवीं सब तो वड्डी इकोनमी है भारत की इकोनमी दुनिया के विच, ते जल्दी ही तीसरी वड्डी इकोनमी बनन जा रही है। तो फाइनैंस मिनिस्टर इस तो पहला भारत में एक स्टेटमेंट दे चुके ने कि साड़ी इकोनमी जो है GDP 3.75 trillion dollar। सो ये ऑलरेडी जो स्टेटमेंट दे चुके ने फाइनैंस मिनिस्टर, उन्होंने स्टेटमेंट मेल नहीं खाती प्राइम मिनिस्टर साहब की स्टेटमेंट के नाल। सच्चाई की है असी जानना चाहवांगे। मेरे नाल स्टूडियोज़ दे विच मौजूद ने इकोनोमिस्ट राजीव खोसला। वेलकम टू पंजाब चर्चा खोसला साहब। मेहरबानी जी सर। सो ये जो स्टेटमेंट्स ने सर, ये काफ़ी डिफरेंस है। पंजवीं सब तो वड्डी अर्थव्यवस्था भारत की इस वक्त है, मोदी साहब कह रहे हैं, और तीसरी दुनिया की सब तो वड्डी अर्थव्यवस्था बनन जा रही है। सो फाइनैंस मिनिस्टर ऑलरेडी कह चुके हैं 3.75 trillion dollars अमेरिकन डॉलरस। सो ये साड़ी फिगर है कि असी GDP इतने स्टैंड कर दी है। वट इज़ दी एक्चुअलिटी, रियलिटी की है, कितने खड़ी है, सच्चाई की है? नहीं जी, सच्चाई जेड़ी है सर, ये ठीक है भी जो प्रधानमंत्री जी या जो वित्त मंत्री गल कर रहे ने वो बिल्कुल ठीक है। इदा इस तो पहला इदा दी ही गल जेड़ी है कौमांतरी मुद्रा फंड IMF ने भी कीती है, उन्होंने भी यही गल कीती सी भी हिंदुस्तान का जेड़ा अर्थचारा है ये हुण 3 trillion dollar का बन चुका है। 3 trillion या 3.75 trillion जेड़ी है, ਇਹਦਾ ਮਤਲਬ ਹੈ 250 lakh crore ਜਾਂ 300 lakh crore ਰੁਪਏ ਦੀ ਸਾਡੀ ਅਰਥਵਿਵਸਥਾ ਜਿਹੜੀ ਹੈ ਉਹ ਬਣ ਚੁੱਕੀ ਹੈ। ਨੰਬਰਸ ਦੇ ਵਿੱਚ ਕੋਈ ਸਮੱਸਿਆ ਨਹੀਂ ਹੈ, ਨੰਬਰਸ ਠੀਕ ਹੈ, ਜੋ ਪ੍ਰਧਾਨ ਮੰਤਰੀ ਜੀ ਕਹਿ ਰਹੇ ਹੋ ਉਹ ਵੀ ਠੀਕ ਹੈ। ਪ੍ਰੋਬਲਮ ਕਿਤੇ ਹੋਰ ਹੈ, ਪ੍ਰੋਬਲਮ ਜਿਹੜੀ ਹੈ ਉਹ ਆਉਂਦੀ ਹੈ ਕਿ ਕਿਆ ਲੋਕਾਂ ਨੂੰ ਅਰਥਚਾਰਾ ਜਿਹੜਾ ਹੈ ਜੇ ਵੱਧ ਰਿਹਾ ਤਾਂ ਕਿਆ ਉਹਨਾਂ ਦਾ ਸਟੈਂਡਰਡ ਆਫ ਲਿਵਿੰਗ ਜਿਹੜਾ ਹੈ ਉਹ ਵੀ ਵਧਿਆ ਜਾਂ ਨਹੀਂ। ਜੇ ਉਹ ਨਹੀਂ ਵੱਧ ਰਿਹਾ, ਜੇ ਅਰਥਚਾਰਾ ਜਿਹੜਾ ਹੈ ਉਹ ਵਧਣ ਦੇ ਨਾਲ ਲੋਕਾਂ ਦੀ ਜਿਹੜੀ ਕੋਸਟ ਆਫ ਲਿਵਿੰਗ ਹੈ ਉਹ ਨਹੀਂ ਘਟਦੀ, ਈਜ਼ ਆਫ ਲਿਵਿੰਗ ਹੈ ਉਹ ਨਹੀਂ ਵੱਧਦੀ, ਤਾਂ ਫਿਰ ਇੱਦਾਂ ਦੇ ਅਰਥਚਾਰੇ ਨੂੰ ਲੈ ਕੇ ਕਈ ਪ੍ਰਸ਼ਨ ਜਿਹੜੇ ਹੈ ਖੜੇ ਹੁੰਦੇ ਹੈ। ਹੁਣ ਇਹ ਰਿਪੋਰਟਾਂ ਠੀਕ ਹੈ, ਪਰ ਇਸਦੇ ਪੈਰਲਲ ਜਿਹੜੀਆਂ ਰਿਪੋਰਟਾਂ ਆਉਂਦੀਆਂ ਨੇ ਸਰ, ਉਹ ਕਹਿੰਦੀਆਂ ਨੇ ਆਕਸਫੋਰਡ ਦੀ ਰਿਪੋਰਟ ਆਈ ਸੀ, ਅਸੀਂ ਦੇਖਿਆ, ਜਿਹਨੇ ਕਿਹਾ ਵੀ 1% ਲੋਕਾਂ ਦੇ ਹੱਥਾਂ ਦੇ ਵਿੱਚ ਹਿੰਦੁਸਤਾਨ 'ਚ 40% ਕੁੱਲ ਸੰਪੱਤੀ ਹੈ। ਸਿਮੀਲਰਲੀ ਜਿਹੜੇ 50% ਲੋਕ ਨੇ ਯਾਨੀ 70 crore ਦੀ ਜਿਹੜੀ ਹਿੰਦੁਸਤਾਨ ਦੀ ਆਬਾਦੀ ਹੈ ਉਹਨਾਂ ਕੋਲ ਕੁੱਲ ਭਾਰਤ ਦੀ ਸੰਪੱਤੀ ਦਾ ਸਿਰਫ 1% ਹਿੱਸਾ। ਇੱਕ ਹੋਰ ਰਿਪੋਰਟ ਆਈ ਹੈ PEW ਰਿਸਰਚ ਵਾਲਿਆਂ ਦੀ, ਉਹਨਾਂ ਨੇ ਕਿਹਾ ਸੀ 2020 ਦੇ ਵਿੱਚ ਵੀ 7.5 crore ਲੋਕ ਜਿਹੜੇ ਨੇ ਕੋਰੋਨਾ ਦੇ ਕਾਰਨ ਪਾਵਰਟੀ ਦੇ ਵਿੱਚ, ਨਿਰਧਨਤਾ ਗਰੀਬੀ ਦੇ ਵਿੱਚ ਜਿਹੜੇ ਨੇ ਸਲਿਪ ਕਰ ਗਏ ਨੇ, ਉਹਦੇ 'ਚ ਪੈ ਗਏ ਨੇ, ਤਾਂ ਇਹ ਵੀ ਪੈਰਲਲ ਹੈ ਉਸਦੇ। ਤਾਂ ਸਮੱਸਿਆ ਇਹ ਨਹੀਂ ਹੈ ਕਿ ਅੰਕੜੇ ਜਿਹੜੇ ਆ ਉਹ ਗਲਤ ਬਿਆਨ ਨਹੀਂ ਕਰ ਰਹੇ ਨੇ ਜਾਂ ਜਿਹੜੀਆਂ ਇਹ ਰਿਪੋਰਟਾਂ ਇਹ ਨਹੀਂ ਠੀਕ ਜਾਂ ਉਹ ਰਿਪੋਰਟਾਂ ਸੁਪੀਰੀਅਰ ਨੇ, ਉਹ ਹੀ ਸਿਰਫ ਠੀਕ ਹੈ, ਸਮੱਸਿਆ ਕਿਤੇ ਹੋਰ ਹੈ। ਸਮੱਸਿਆ ਦੀ ਜੜ ਇਹ ਹੈ ਕਿ ਜੇ ਸਿਰਫ ਰਈਸ ਬੰਦਿਆਂ ਦੇ ਉੱਤੇ ਜਾਣ ਦੇ ਨਾਲ GDP ਵੱਧ ਰਹੀ ਹੈ ਉਹ ਕਿਸੇ ਤਰੀਕੇ ਨਾਲ ਠੀਕ ਨਹੀਂ ਹੈ। ਔਰ ਇਹ ਜਿਹੜੀ GDP ਵਧੀ ਹੈ ਜਿਸ ਤਰੀਕੇ ਦੇ ਨਾਲ ਇਹਨੂੰ ਉਚਾਰਿਆ ਜਾ ਰਿਹਾ ਵੀ ਮਾਰਕੀਟਿੰਗ ਕੀਤੀ ਜਾ ਰਹੀ ਹੈ, ਅਸੀਂ 5th largest ਇਕੋਨਮੀ ਬਣ ਚੁੱਕੇ ਹਾਂ, ਅਸੀਂ ਬ੍ਰਿਟੇਨ ਨੂੰ ਪਿੱਛੇ ਛੱਡਤਾ, ਉਹ ਮੈਨੂੰ ਲੱਗਦਾ ਵੀ ਉਹ ਸਮੱਸਿਆ ਜਿਹੜੀ ਹੈ ਨਾ ਵੀ ਉਹਦੇ 'ਚ ਕੁਛ ਲੋਕ ਜਿਹੜੇ ਨੇ ਜਾਂ ਕੁਛ ਘਰਾਣੇ ਜਿਹੜੇ ਨੇ ਉਹ ਤਾਂ ਉੱਪਰ ਆ ਰਹੇ ਨੇ, ਜ਼ਿਆਦਾਤਰ ਲੋਕਾਂ ਦੀ ਈਜ਼ ਆਫ ਲਿਵਿੰਗ ਦੇ ਉੱਤੇ ਕੋਈ ਫਰਕ ਨਹੀਂ ਪੈ ਰਿਹਾ। ਇਹ ਜੇ ਜਿਹੜੇ ਅਰਥਚਾਰੇ ਦੇ ਮਾਹਰ ਨੇ, ਜਿਹੜੇ ਅਰਥ ਸ਼ਾਸਤਰੀ ਨੇ,
ਰੀਅਲ ਸੈਂਸ ਦੇ ਵਿੱਚੋਂ ਗੱਲ ਕਰਦੇ ਹਾਂ ਵੀ ਅਸੀਂ ਜੀਡੀਪੀ ਨੂੰ ਨਾ ਗਿਣੀਏ, ਅਸੀਂ ਪਰ ਕੈਪੀਟਾ ਜੀਡੀਪੀ ਦੇਖੀਏ। ਪਰ ਕੈਪੀਟਾ ਜੀਡੀਪੀ ਦਾ ਮਤਲਬ ਹੈ ਪ੍ਰਤੀ ਵਿਅਕਤੀ ਕਿੰਨੀ ਜੀਡੀਪੀ ਬਣਦੀ ਹੈ। ਜਦੋਂ ਅਸੀਂ ਪ੍ਰਤੀ ਵਿਅਕਤੀ ਜੀਡੀਪੀ ਦੇਖਦੇ ਹਾਂ ਉਹਦੇ ਵਿੱਚ ਹਿੰਦੁਸਤਾਨ ਦਾ ਨੰਬਰ ਜਿਹੜਾ ਹੈ ਬਹੁਤ ਪਿੱਛੇ ਸਲਿੱਪ ਹੋ ਜਾਂਦਾ। ਇਹਦਾ ਮਤਲਬ ਇਹ ਹੋਇਆ ਕਿ ਕੁਛ ਘਰਾਣਿਆਂ ਦੇ ਉੱਪਰ ਚੜ੍ਹਨ ਦੇ ਨਾਲ, ਅਮੀਰ ਬਣਨ ਦੇ ਨਾਲ ਸਾਡੀ ਜੀਡੀਪੀ ਜਿਹੜੀ ਹੈ ਉਹਨੂੰ ਹੁੰਗਾਰਾ ਮਿਲਿਆ, ਉਹ ਉੱਤੇ ਪਹੁੰਚੀ ਹੈ, ਇੱਕ ਕਾਰਨ। ਔਰ ਦੂਜਾ ਇਹਦੇ ਨਾਲ ਜਿਹੜਾ ਕਾਰਨ ਹੈ ਉਹ ਵੀ ਸਾਨੂੰ ਛੱਡਣਾ ਨਹੀਂ ਚਾਹੀਦਾ ਵੀ ਬ੍ਰਿਟੇਨ ਨੇ ਪਿਛਲੇ ਕੁਛ ਸਮੇਂ ਦੌਰਾਨ ਸਮੱਸਿਆਵਾਂ ਜ਼ਿਆਦਾ ਦੇਖੀਆਂ। ਪਹਿਲੀ ਸਮੱਸਿਆ ਉਹਨਾਂ ਨੇ ਦੇਖੀ ਹੈ ਵੀ ਜਿਹੜਾ ਉਹਨਾਂ ਦਾ ਵਿਛੋੜਾ ਹੋ ਗਿਆ ਯੂਰਪੀਅਨ ਯੂਨੀਅਨ ਦੇ ਵਿੱਚੋਂ, ਜਿਹੜਾ ਉਹਨਾਂ ਦਾ ਯੂਰਪੀਅਨ ਸੰਘ ਬਣਿਆ ਹੋਇਆ ਉਸ ਦੇ ਵਿੱਚੋਂ ਜਦੋਂ ਬਾਹਰ ਨਿਕਲ ਗਏ ਹੈ, ਉਹਨਾਂ ਨੂੰ ਮੁੜ ਤੋਂ ਆਪਣਾ ਅਰਥਚਾਰਾ ਜਿਹੜਾ ਹੈ ਉਹਨੂੰ ਠੀਕ ਕਰਨਾ ਪਿਆ। ਫਿਰ ਉਹ ਹਜੇ ਉਹਦੇ ਚੋਂ ਸਮੱਸਿਆ ਚੋਂ ਲੰਘ ਰਹੇ ਸੀ, ਨਾਲ ਰੂਸ ਯੂਕਰੇਨ ਦੀ ਜਿਹੜੀ ਜੰਗ ਹੋ ਗਈ ਹੈ ਉਹਦੇ ਨਾਲ ਬ੍ਰਿਟੇਨ ਦੇ ਵਿੱਚ, ਇੰਗਲੈਂਡ ਦੇ ਵਿੱਚ ਉੱਥੇ ਸਮੱਸਿਆ ਆਈ ਵੀ ਉਹਨਾਂ ਨੂੰ ਤੇਲ ਗੈਸ ਜਿਹੜੀ ਹੈ ਨੈਚੁਰਲ ਗੈਸ ਉਹ ਮਿਲਣੀ ਬੰਦ ਹੋ ਗਈ, ਉੱਥੇ ਮਹਿੰਗਾਈ ਬਹੁਤ ਜ਼ਿਆਦਾ ਵੱਧ ਗਈ। ਸੋ ਇਹ ਕਾਰਨ ਹੈ ਵੀ ਇੱਕ ਪਾਸੇ ਤਾਂ ਹਿੰਦੁਸਤਾਨ ਦੇ ਵਿੱਚ ਕੁਛ ਲਿਮਿਟਿਡ ਲੋਕ ਜਿਹੜੇ ਨੇ ਉਹ ਸਾਡੀ ਜੀ ਡੀ ਪੀ ਨੂੰ ਡਰਾਈਵ ਕਰ ਰਹੇ ਨੇ, ਔਰ ਦੂਸਰੀ ਚੀਜ਼ ਜਿਹੜੀ ਹੈ ਕਿ ਜਿਸ ਤਰੀਕੇ ਦੇ ਨਾਲ ਯੂਰਪ ਦੇ ਵਿੱਚ ਬ੍ਰਿਟੇਨ ਨੂੰ ਪ੍ਰੋਬਲਮਸ ਆਈਆਂ ਨੇ, ਦੋਨੋਂ ਕਾਰਨਾਂ 'ਤੇ ਸਾਨੂੰ ਫਾਇਦਾ ਮਿਲਿਆ ਹੈ। ਇਹ ਨਾ ਐਕਟ ਆਫ ਗੋਡ ਸਾਡੇ ਲਈ ਜ਼ਿਆਦਾ ਹੈ, ਵੀ ਸਾਡੇ ਉੱਤੇ ਪਰਮਾਤਮਾ ਦੀ ਕਿਰਪਾ ਜ਼ਿਆਦਾ ਹੋ ਗਈ ਹੈ ਰਾਦਰ ਦੈਨ ਕਿਸੇ ਤਰੀਕੇ ਦੇ ਨਾਲ ਸਾਡੀਆਂ ਐਫਰਟਸ ਤੋਂ ਵੀ। ਜੀ ਰਾਜੀਵ ਜੀ, ਕਿਉਂਕਿ ਇੱਕ ਆਮ ਭਾਸ਼ਾ ਦੇ ਵਿੱਚ ਜਦੋਂ ਗੱਲ ਹੁੰਦੀ ਹੈ, ਭਾਰਤ ਸਰਕਾਰ ਕਹਿੰਦੀ ਹੈ ਕਿ $5 trillion ਦੀ ਇਕਾਨਮੀ ਬਣਨ ਜਾ ਰਹੀ ਹੈ, ਨੋ ਡਾਊਟ ਬਣਨੀ ਚਾਹੀਦੀ ਵੀ ਹੈ, ਕੋਸ਼ਿਸ਼ ਹੋਣੀ ਚਾਹੀਦੀ ਵੀ ਹੈ। ਕਦੋਂ ਤੱਕ ਅਸੀਂ ਵਿਕਾਸਸ਼ੀਲ ਦੇਸ਼ ਰਹਾਂਗੇ, ਸਾਨੂੰ ਵਿਕਸਿਤ ਦੇਸ਼ ਬਣਨਾ ਚਾਹੀਦਾ ਹੈ, ਦੈਟ ਇਜ਼ ਟਰੂ। ਹੁਣ ਸਵਾਲ ਇਹ ਹੈ ਕਿ $5 trillion ਦੀ ਇਕਾਨਮੀ ਤਾਂ ਬਣ ਜਾਂਦੀ ਹੈ, ਉਹਦੇ ਵਿੱਚ ਮੇਰਾ ਹਿੱਸਾ ਕਿੰਨਾ? ਜੇ ਆਮ ਲੋਕ ਉੱਥੇ ਹੀ ਖੜ੍ਹੇ ਨੇ, ਆਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਬਦਲਾਅ ਨਹੀਂ ਹੈ, ਔਰ ਇਹ $5 trillion ਦੀ ਇਕਾਨਮੀ ਉਹਨਾਂ ਵਾਸਤੇ ਬਣੀ ਹੈ ਜੋ ਆਲਰੇਡੀ ਸੁਪਰ ਰਿਚ ਨੇ, top 10, ਤਾਂ ਫਿਰ ਬਾਕੀਆਂ ਦੇ ਹਿੱਸੇ 'ਤੇ ਕੁਝ ਆਇਆ ਨਾ, ਗੱਲ ਤਾਂ ਉੱਥੇ ਦੀ ਉੱਥੇ ਰਹੀ। ਸਾਰੀ ਅਰਥ ਵਿਵਸਥਾ ਮਜ਼ਬੂਤ ਹੋਣ ਦੇ ਬਾਵਜੂਦ ਭਾਰਤ ਦੇ ਲੋਕਾਂ ਦੀ ਜਿਹੜੀ ਆਰਥਿਕ ਸਥਿਤੀ ਹੈ ਉਹ ਮਜ਼ਬੂਤ ਨਾ ਹੋਈ, ਅਤੇ ਐਸੀ ਮਜ਼ਬੂਤੀ ਫਿਰ ਕੁਝ ਕੁ ਲੋਕਾਂ ਵਾਸਤੇ ਹੈ, ਸਭ ਦੇ ਵਾਸਤੇ ਨਹੀਂ ਹੈ। ਰਿਜ਼ਲਟ ਹੋਏਗਾ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ, ਹੋਰ ਬਹੁਤ ਸਾਰੀਆਂ ਸਮੱਸਿਆਵਾਂ, ਹੈਲਥ ਪ੍ਰੋਬਲਮਸ, ਐਜੂਕੇਸ਼ਨ ਪ੍ਰੋਬਲਮਸ, ਇਹ ਤਮਾਮ ਗੱਲਾਂ ਜੋ ਦੇਸ਼ ਨੂੰ ਖੋਖਲਾ ਕਰਦੀਆਂ ਨੇ, ਕਮਜ਼ੋਰ ਕਰਦੀਆਂ ਨੇ, ਜੋ ਸਾਡੀ ਡੈਮੋਕ੍ਰੇਸੀ ਵਾਸਤੇ ਖਤਰਾ ਪੈਦਾ ਕਰਦੀਆਂ ਨੇ, ਉਹਦੇ ਵਿੱਚ ਨਸ਼ੇ ਵੀ ਹੋਣਗੇ, ਉਹਦੇ ਵਿੱਚ ਐਂਟੀ ਸੋਸ਼ਲ ਐਲੀਮੈਂਟਸ ਵੀ ਹੋਣਗੇ, ਉਹਦੇ 'ਚ ਉਹ ਤਮਾਮ ਗਤੀਵਿਧੀਆਂ ਹੋਣਗੀਆਂ ਜੋ ਦੇਸ਼ ਦੀ ਅਖੰਡਤਾ ਦੇ ਉੱਤੇ ਚੋਟ ਕਰ ਸਕਦੀਆਂ ਨੇ। ਇਹ ਰਿਸਕ ਜ਼ਰੂਰ ਰਹੇਗਾ, ਕਿਉਂਕਿ ਗਰੀਬੀ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਜ਼ੁਰਮ ਪੈਦਾ ਕਰਦੀ ਹੈ ਸਮਾਜ ਦੇ ਵਿੱਚ, ਅਸੀਂ ਸਾਰੇ ਜਾਣਦੇ ਹਾਂ। ਸੋ ਜਦੋਂ ਇਹ ਦਾਅਵੇ ਹੋ ਰਹੇ ਨੇ ਕਿ ਅਰਥ ਵਿਵਸਥਾ ਇੰਨੀ ਸਟਰੋਂਗ ਹੋਣ ਜਾ ਰਹੀ ਹੈ ਜਾਂ ਇੰਨੀ ਸਟਰੋਂਗ ਹੋ ਗਈ ਹੈ ਜਾਂ ਉਸ ਲੀਹਾਂ 'ਤੇ ਹੈ, ਤਾਂ ਫਿਰ ਵੀ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ, ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਇਹ ਵੀ ਚਰਮ ਸੀਮਾ 'ਤੇ ਨੇ, ਕਿਉਂਕਿ ਅਸੀਂ ਹੰਗਰ ਇੰਡੈਕਸ ਦੇ ਵਿੱਚ ਵੀ ਬਹੁਤ ਡਾਊਨ ਆ ਚੁੱਕੇ ਹਾਂ ਰਾਜੀਵ ਜੀ, ਬਹੁਤ ਪਿੱਛੇ ਹਾਂ, 100 ਤੋਂ ਕਿਤੇ ਥੱਲੇ ਜਾ ਰਹੇ ਹਾਂ। ਸੋ ਇਹ ਤਮਾਮ ਗੱਲਾਂ ਕੀ ਸੰਕੇਤ ਕਰਦੀਆਂ ਨੇ ਖੋਸਲਾ ਸਾਹਿਬ? ਦੇਖੋ ਜੀ, ਇੱਕ ਪੈਰਾਡੋਕਸੀਕਲ ਸਿਚੁਏਸ਼ਨ ਆ ਰਹੀ ਹੈ, ਇੱਕ ਜਿਹੜਾ ਡਾਈਵਰਜੈਂਸ ਹੈ ਉਹ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ। ਅਸੀਂ ਪਹਿਲਾਂ ਵੀ ਖੰਨਾ ਸਾਹਿਬ ਤੁਹਾਡੇ ਹੀ ਪ੍ਰੋਗਰਾਮ ਪੰਜਾਬ ਚਰਚਾ ਦੇ ਵਿੱਚ ਬੈਠ ਕੇ ਇਸ ਵਿਸ਼ੇ ਦੇ ਬਾਰੇ ਗੱਲ ਕੀਤੀ ਸੀ ਵੀ ਇੱਕ ਕੇ ਸ਼ੇਪ ਦੀ ਜਿਹੜੀ ਅਰਥ ਵਿਵਸਥਾ ਹੈ ਉਹ ਹਿੰਦੁਸਤਾਨ 'ਚ ਨਜ਼ਰ ਆ ਰਹੀ ਹੈ, ਜਿੱਥੇ ਰਈਸ ਹੋਰ ਉੱਤੇ ਨੂੰ ਚੜ੍ਹਦਾ ਜਾ ਰਿਹਾ ਅਤੇ ਜਿਹੜਾ ਗਰੀਬ ਹੈ ਉਹ ਹੋਰ ਥੱਲੇ ਨੂੰ ਜਾ ਰਿਹਾ ਹੈ, ਤਾਂ ਇੱਕ ਕੇ ਸ਼ੇਪ ਅਰਥਚਾਰਾ ਸਾਡਾ ਬਣਦਾ ਹੈ। ਔਰ ਇਹ ਜਿਹੜੀ ਚੀਜ਼ ਹੈ, ਜਿਸ ਤਰੀਕੇ ਦੀਆਂ ਅਸੀਂ ਗਤੀਵਿਧੀਆਂ ਦੇਖ ਰਹੇ ਹਾਂ, ਉਹਨਾਂ 'ਚ ਇਹ ਚੀਜ਼ ਸਪਸ਼ਟ ਤੌਰ 'ਤੇ ਨਜ਼ਰ ਆਉਂਦੀ ਹੈ ਕਿ ਅਸੀਂ ਕੇ ਸ਼ੇਪ ਵੱਲ ਨੂੰ ਵੱਧ ਰਹੇ ਹਾਂ। ਇੱਕ ਪਾਸੇ ਦੇਖੋ ਛੋਟੀਆਂ ਛੋਟੀਆਂ ਚੀਜ਼ਾਂ ਨੇ ਖੰਨਾ ਸਾਹਿਬ, ਲੇਕਿਨ ਬਹੁਤ ਮਾਇਨੇ ਰੱਖਦੀਆਂ ਨੇ ਇਹ ਚੀਜ਼ਾਂ। ਪ੍ਰਧਾਨ ਮੰਤਰੀ ਜੀ ਇਹ ਚੀਜ਼ ਨੂੰ ਤਾਂ, ਜਾਂ ਵਿੱਤ ਮੰਤਰੀ ਕਹਿੰਦੇ ਨੇ ਵੀ $3.75 trillion ਦੀ ਇਕੋਨਮੀ, ਡਾਲਰ ਦੀ ਇਕੋਨਮੀ ਬਣ ਗਈ ਹੈ। ਪ੍ਰਧਾਨ ਮੰਤਰੀ ਜੀ ਕਹਿੰਦੇ 5th ਲਾਰਜੈਸਟ ਇਕੋਨਮੀ ਬਣ ਗਈ ਹੈ, 3rd ਲਾਰਜੈਸਟ ਇਕੋਨਮੀ ਬਣਨ ਜਾ ਰਹੀ ਹੈ, ਲੇਕਿਨ ਦੂਜੇ ਪਾਸੇ ਜਦੋਂ ਅਸੀਂ ਦੇਖਦੇ ਹਾਂ ਉੱਥੇ ਸੱਚਾਈ ਜਿਹੜੀ ਹੈ ਬਿਲਕੁਲ ਅਲੱਗ ਤਰ੍ਹਾਂ ਦੀ ਹੈ। ਇੰਡੀਆ ਵਰਸਸ ਭਾਰਤ ਦਾ ਜਿਹੜਾ ਖੇਲ ਹੋ ਰਿਹਾ, ਇੰਡੀਆ ਰਿਚ ਹੋ ਰਿਹਾ, ਸ਼ਾਈਨਿੰਗ ਇੰਡੀਆ ਹੈ, ਔਰ ਜਿਹੜਾ ਭਾਰਤ ਹੈ ਉਹ ਸਫਰਿੰਗ ਭਾਰਤ ਹੈ। ਉੱਥੇ ਬਹੁਤ ਤਰੀਕੇ ਦੀਆਂ
ਸਮੱਸਿਆਵਾਂ ਖੜੀਆਂ ਨੇ। ਮੈਂ ਕੁਛ ਅੰਕੜੇ ਦੇਖ ਰਿਹਾ ਸੀ ਖੰਨਾ ਸਾਹਿਬ, ਮੈਂ ਚਾਹੁੰਦਾ ਵੀ ਤੁਹਾਡੇ ਨਾਲ ਔਰ ਆਪਣੇ ਸਾਰੇ ਸਰੋਤਿਆਂ ਦੇ ਨਾਲ, ਦਰਸ਼ਕਾਂ ਦੇ ਨਾਲ ਇਹ ਅੰਕੜੇ ਸਾਂਝੇ ਕਰਾਂ ਜੀ। ਇੱਕ ਪ੍ਰਚਲਿਤ ਅਖਬਾਰ ਹੈਗਾ ਜੀ ਇਕਨੋਮਿਕ ਟਾਈਮਸ, ਉਹਨੇ 15 ਜੂਨ ਨੂੰ ਇੱਕ ਨਿਊਜ਼ ਆਈਟਮ ਪੇਸ਼ ਕੀਤੀ। ਉਹ ਕਹਿੰਦਾ ਹੈ ਵੀ 2019-20 ਯਾਨੀ ਕਰੋਨਾ ਤੋਂ ਇੱਕ ਸਾਲ ਪਹਿਲਾਂ ਤੋਂ ਲੈ ਕੇ ਜੇ ਅਸੀਂ 2022-23 ਦਾ ਸਮਾਂ ਦੇਖਦੇ ਹਾਂ, ਪਿਛਲੇ 4 ਸਾਲ ਦੇ ਅੰਦਰ, ਉਹ ਕਹਿੰਦਾ ਵੀ ਅਨਸਿਕਿਉਰਡ ਲੋਨਸ, ਲੋਕਾਂ ਨੇ ਜਿਹੜੇ ਕੁਛ ਵੀ ਗਿਰਵੀ ਨਾਮੇ ਨਾ ਰੱਖ ਕੇ ਜਿਹੜੇ ਕਰਜ਼ੇ ਚੁੱਕੇ ਹੋਏ ਨੇ, ਛੋਟੇ ਛੋਟੇ ਕਰਜ਼ੇ, ਕਿਸੇ ਨੇ 50,000 ਦਾ ਲੈ ਲਿਆ, ਕਿਸੇ 10 ਲੱਖ ਦਾ ਲੈ ਲਿਆ, 2 ਲੱਖ ਦਾ ਲੈ ਲਿਆ, ਜਿਹੜੇ ਇੱਦਾਂ ਦੇ ਕਰਜ਼ੇ ਚੁੱਕੇ ਜਾ ਰਹੇ ਨੇ, ਇਹਨਾਂ ਦਾ ਜਾਂ ਇਹਨਾਂ ਦੀ ਸੰਖਿਆ ਜਿਹੜੀ ਹੈ ਵੱਧ ਗਈ। ਉਹ ਕਹਿੰਦਾ 5 ਲੱਖ ਕਰੋੜ ਰੁਪਈਆ ਹੁੰਦੀ ਸੀ 2019-20 ਦੇ ਵਿੱਚ, ਹੁਣ ਇਹ ਸੰਖਿਆ ਜਿਹੜੀ ਹੈ 11 ਲੱਖ ਕਰੋੜ ਰੁਪਈਆ ਪਹੁੰਚ ਗਈ ਹੈ। ਕਿਆ ਸਰਕਾਰ, ਜਿੱਦਾਂ ਵੱਡੇ ਸਰਮਾਏਦਾਰਾਂ ਦੇ ਸਰਕਾਰਾਂ ਨੇ ਕਰਜ਼ੇ ਮਾਫ਼ ਕੀਤੇ ਹੈ, 11 ਲੱਖ ਕਰੋੜ ਦੇ ਜਿਹੜੇ ਕਰਜ਼ੇ ਮਾਫ਼ ਹੋਏ ਹੈ ਮੋਦੀ ਸਰਕਾਰ ਵੱਲੋਂ 2014 ਤੋਂ ਆਉਣ ਤੋਂ ਬਾਅਦ, ਕਿਆ ਇਹ ਛੋਟੇ ਲੋਕਾਂ ਦੇ ਕਰਜ਼ੇ ਵੀ 11 ਲੱਖ ਕਰੋੜ ਦੇ ਮਾਫ਼ ਹੁੰਦੇ? ਜੇ ਨਹੀਂ ਹੁੰਦੇ, ਜੇ ਇਹ ਕਰਜ਼ੇ ਮਾਫ਼ ਨਹੀਂ ਹੁੰਦੇ, ਤਾਂ ਇਹ ਬੈਂਕਾਂ ਦੇ ਲਈ ਇੱਕ ਬਹੁਤ ਵੱਡੀ ਸਮੱਸਿਆ ਖੜੀ ਹੋਣ ਜਾ ਰਹੀ ਹੈ। ਇੱਕ ਅਲਾਰਮਿੰਗ ਸਿਚੁਏਸ਼ਨ ਸਾਡੇ ਸਾਹਮਣੇ ਬਣ ਕੇ ਆ ਰਹੀ ਹੈ, ਜਿਹਦੇ 'ਚ ਜਿਹੜੇ ਕਰਜ਼ੇ ਨੇ ਨਹੀਂ ਮੁੜਦੇ। ਦੂਸਰੀ ਗੱਲ ਮੈਂ ਇਹਦੇ 'ਚ ਦੱਸਣਾ ਚਾਹੁੰਦਾ, ਜਿਹੜੇ ਕ੍ਰੈਡਿਟ ਕਾਰਡ ਹੈ, ਜਿਹੜੇ ਕਰਜ਼ੇ ਨੇ, ਇਹ ਕ੍ਰੈਡਿਟ ਕਾਰਡਾਂ ਤੋਂ ਲਿੱਤੇ ਜਾ ਰਹੇ, ਕਿਉਂਕਿ ਕ੍ਰੈਡਿਟ ਕਾਰਡ ਦੇ ਨਾਲ ਹੁੰਦਾ ਕੀ ਹੈ, ਕਿਸੇ ਦੀ 2 ਲੱਖ ਦੀ ਲਿਮਿਟ, ਕਿਸੇ ਦੀ 4 ਦੀ ਹੈ, ਕਿਸੇ ਦੀ 5 ਦੀ ਹੈ, ਇਹ ਉਸ ਲਿਮਿਟ ਦੇ ਨਾਲ ਕਰਜ਼ੇ ਲਿੱਤੇ ਜਾ ਰਹੇ ਨੇ, ਕਿਉਂਕਿ ਇਹ ਕਰਜ਼ਿਆਂ ਦੇ ਲਈ ਤੁਸੀਂ ਗਿਰਵੀ ਤਾਂ ਕੁਛ ਰੱਖਣਾ ਨਹੀਂ ਕ੍ਰੈਡਿਟ ਕਾਰਡ ਦੇ ਮਗਰ। ਸੋ ਇਹ ਬਗੈਰ ਗਿਰਵੀ ਨਾਮਾ ਕੁਛ ਰੱਖੇ ਇਹ ਕਰਜ਼ੇ ਲਿੱਤੇ ਜਾ ਰਹੇ। ਔਰ ਸਭ ਤੋਂ ਵੱਡੀ ਜਿਹੜੀ ਸਮੱਸਿਆ ਆ ਰਹੀ ਹੈ ਹੁਣੇ, ਜਿਹਦੇ ਬਾਰੇ ਜਿਹੜੀ ਫਾਈਨੈਂਸ਼ੀਅਲ ਸਟੈਬਿਲਿਟੀ ਰਿਪੋਰਟ ਆਈ ਹੈ RBI ਦੀ, ਪਿਛਲੇ ਮਹੀਨੇ ਫਾਈਨੈਂਸ਼ੀਅਲ ਸਟੈਬਿਲਿਟੀ ਰਿਪੋਰਟ ਆਈ ਹੈ, ਹਰ 6-6 ਮਹੀਨਿਆਂ ਬਾਅਦ ਆ ਜਾਂਦੀ ਹੈ। ਇਹ ਰਿਪੋਰਟ ਕਹਿੰਦੀ ਹੈ ਕਿ 10% ਲੋਕ ਜਿਹੜੇ ਨੇ ਜਿਨ੍ਹਾਂ ਨੇ ਇੱਦਾਂ ਦੇ ਛੋਟੇ ਕਰਜ਼ੇ ਲਿੱਤੇ ਹੋਏ ਨੇ, ਪਰਚੂਨ ਦੇ ਕਰਜ਼ੇ ਲਿੱਤੇ ਹੋਏ ਨੇ, ਉਹ ਲੋਕ ਇਹਨਾਂ ਨੂੰ ਰੀਪੇ ਕਰਨ ਦੇ ਵਿੱਚ ਡਿਫਾਲਟ ਕਰ ਰਹੇ ਨੇ। ਔਰ ਤੁਹਾਡੇ ਔਰ ਮੇਰੇ ਵਰਗੇ ਜਿਹੜੇ ਮਾੜਾ ਮੋਟਾ ਸਮਝਦੇ ਹੈ, ਜਿਹੜੇ ਪੜ੍ਹੇ ਲਿਖੇ ਹੈ, ਅਸੀਂ ਲੋਕ ਕੀ ਕਰ ਰਹੇ ਹੈ, ਅਸੀਂ 3 ਮਹੀਨੇ ਦੇ ਵਿੱਚ ਇੱਕ ਵਾਰੀ ਕਰਜ਼ਾ ਦੇ ਦਿੰਦੇ, ਉਹਦੀ ਕਿਸ਼ਤ ਜਿਹੜੀ ਹੈ ਇੱਕ ਵਾਰੀ ਦੇ ਦਿੰਦੇ। ਕਿਉਂ 3 ਚ ਇੱਕ ਵਾਰੀ ਦਿੰਦੇ? ਕਿਉਂਕਿ 3 ਮਹੀਨੇ ਬਾਅਦ ਨਹੀਂ ਤਾਂ ਕਾਨੂੰਨੀ ਕਾਰਵਾਈ ਸਾਡੇ ਤੇ ਹੋ ਸਕਦੀ ਹੈ। ਸੋ ਉਹ ਕਰਜ਼ਿਆਂ ਵਾਲੇ ਇਹਦੇ ਵਿੱਚ ਆਏ ਨਹੀਂ, ਕਵਰ ਹੀ ਨਹੀਂ ਹੋਏ। ਸੋ ਦ ਪ੍ਰੋਬਲਮ ਇਜ਼ ਆਲ ਟੂਗੈਦਰ ਡਿਫਰੈਂਟ। ਜੋ ਸੱਚਾਈ ਦਿਖ ਰਹੀ ਹੈ ਔਰ ਜੋ ਸੱਚਾਈ ਹੈ ਉਹਨਾਂ ਵਿੱਚ, ਰਿਐਲਿਟੀ ਦੇ ਵਿੱਚ ਬਹੁਤ ਫਰਕ ਹੈ। ਇੱਕ ਆਖਰੀ ਚੀਜ਼ ਮੈਂ ਹੋਰ ਦੱਸਣਾ ਚਾਹੁੰਦਾ ਜੀ, ਮਨਰੇਗਾ ਬਹੁਤ ਵੱਡੀ ਅੱਛੀ ਸਕੀਮ ਹੈਗੀ ਹੈ, ਜਿਹੜੀ ਜੋਬ ਗਰੰਟੀ ਦਿੰਦੀ ਹੈਗੀ ਹੈ। ਉਹਦੇ ਵਿੱਚ ਜੂਨ ਦੇ ਮਹੀਨੇ ਦੇ ਵਿੱਚ, ਜਦੋਂ ਕਿ ਖਰੀਫ ਦੀ ਸੋਨੀ ਦੀਆਂ ਫਸਲਾਂ ਜਿਹੜੀਆਂ ਨੇ ਉਹਨਾਂ ਦੀ ਬੁਆਈ ਹੋਣ ਵਾਲੀ ਹੈ, ਉਸ ਵੇਲੇ ਲੋਕਾਂ ਦਾ ਤਾਦਾਦ ਜਿਹੜੀ ਹੈ ਜੂਨ ਦੇ ਵਿੱਚ ਜਨਰਲੀ ਘੱਟ ਜਾਂਦੀ ਹੈ, ਨਹੀਂ ਘਟੀ। ਜੂਨ ਦੇ ਮਹੀਨੇ ਦੇ ਵਿੱਚ ਵੀ ਮਨਰੇਗਾ ਦੇ ਵਿੱਚ ਡਿਮਾਂਡ ਜਿਹੜੀ ਹੈ ਉਹ ਜ਼ਿਆਦਾ, ਜਿਹਦਾ ਮਤਲਬ ਹੈ ਕਿ ਪੇਂਡੂ ਖੇਤਰ ਦੇ ਵਿੱਚ, ਚਾਹੇ ਉਹ ਪੰਜਾਬ ਦੀ ਗੱਲ ਕਰ ਲਈਏ, ਅਸੀਂ ਪੂਰੇ ਭਾਰਤ ਦੇ ਪੇਂਡੂ ਖੇਤਰ ਦੀ ਗੱਲ ਕਰ ਲਈਏ, ਇਹਦਾ ਮਤਲਬ ਹੈ ਮਨਰੇਗਾ ਦੇ ਉੱਤੇ ਬੋਝ ਪਿਆ ਹੋਇਆ। ਲਾਸਟ ਇੱਕ ਚੀਜ਼ ਹੋਰ ਇਸੇ ਡਾਇਰੈਕਸ਼ਨ 'ਚ ਦੱਸਣਾ ਚਾਹੁੰਦਾ ਜੀ, ਇੱਕ ਅੱਜ ਰਿਪੋਰਟ, ਕੱਲ੍ਹ ਰਿਪੋਰਟ ਆਈ ਹੈ ਜੀ, ਇਹ ਰਿਪੋਰਟ ਕਹਿੰਦੀ ਹੈ ਪ੍ਰਾਈਮ ਮਿਨਿਸਟਰ ਜਿਹੜੀ ਸ਼੍ਰਮ ਮਾਨਧਨ ਯੋਜਨਾ ਹੈਗੀ ਹੈ ਜੀ, ਪ੍ਰਧਾਨ ਮੰਤਰੀ ਜੀ ਨੇ ਸ਼ੁਰੂ ਕੀਤੀ ਸੀ, ਜਿਹਦੇ ਵਿੱਚ ਜਿਹੜਾ ਇਨਫੋਰਮਲ ਸੈਕਟਰ ਹੈ, ਅਸੰਗਠਿਤ ਖੇਤਰ ਜਿਹੜਾ ਹੈਗਾ, ਅਸੰਗਠਿਤ ਖੇਤਰ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਦੀ ਇੰਸ਼ੋਰੈਂਸ ਦੇ ਲਈ, ਉਹਨਾਂ ਨੂੰ ਬੀਮੇ ਦੇ ਲਈ ਕਈ ਤਰੀਕੇ ਦੀਆਂ ਫੈਸਿਲਿਟੀਜ਼ ਦਿੱਤੀਆਂ ਸੀ, ਲੇਕਿਨ 44 ਲੱਖ ਲੋਕਾਂ ਨੇ ਉਹਦੇ ਵਿੱਚ ਜਿਹੜਾ ਛੋਟੀ ਜੀ ਉਹਨਾਂ ਦਾ ਕੰਟਰੀਬਿਊਸ਼ਨ ਹੁੰਦਾ ਉਹ ਵੀ ਨਹੀਂ ਪਾ ਸਕੇ, ਜਿਹੜਾ ਇਹ ਚੀਜ਼ ਨੂੰ ਦੱਸਦਾ ਵੀ 44 ਲੱਖ ਲੋਕ ਇੱਦਾਂ ਦੀ ਇੱਕ ਸਕੀਮ ਦੇ ਵਿੱਚੋਂ ਦੀ ਵਾਪਸ ਆ ਗਏ ਜਾਂ ਉਹ ਸਕੀਮ ਨੂੰ ਅਵੇਲ ਨਹੀਂ ਕਰ ਰਹੇ ਜਿਹਦੇ 'ਚ ਉਹਨਾਂ ਦਾ ਫਾਇਦਾ ਫਿਊਚਰ 'ਚ ਹੋਣਾ ਸੀ। ਇਹਦਾ ਮਤਲਬ ਹੈ ਵੀ ਕਿੰਨੀ ਕੁ ਬੇਰੁਜ਼ਗਾਰੀ ਹੈ, ਕਿੰਨੀ ਕੁ ਗਰੀਬੀ ਆ ਚੁੱਕੀ ਹੈ, ਕਿੰਨੀ ਕੁ ਸਾਡੀਆਂ ਜਿਹੜੀਆਂ ਇਨਕਮਸ ਨੇ ਟੁੱਟ ਚੁੱਕੀਆਂ ਨੇ। ਐਗਜੈਕਟਲੀ, ਬਹੁਤ ਜ਼ਿਆਦਾ ਨੌਕਰੀਆਂ ਖਤਮ ਹੋ ਰਹੀਆਂ ਨੇ, ਜੇ ਨੌਕਰੀਆਂ ਹੈਗੀਆਂ ਨੇ ਤਾਂ ਤਨਖਾਹ ਖਤਮ ਹੋ ਰਹੀ ਹੈ, ਜੇ ਤਨਖਾਹ ਦੀ ਗੱਲ ਕਰੀਏ ਪੈਨਸ਼ਨਸ ਮਿਲਦੀਆਂ ਨੇ, ਪੈਨਸ਼ਨਸ ਖਤਮ ਹੋ ਰਹੀਆਂ ਨੇ, ਔਰ ਜਿੱਥੇ ਪੈਨਸ਼ਨਸ ਹੈਗੀਆਂ ਨੇ ਬਹੁਤ ਘੱਟਦੀਆਂ ਜਾ ਰਹੀਆਂ ਨੇ, ਚਾਰੋਂ ਪਾਸੇ ਇਹ ਗੱਲ ਹੈ। ਅਤੇ ਗਰੀਬੀ ਦੂਰ ਕਰਨ ਦੀ ਅਸੀਂ ਗੱਲ ਕਰਦੇ ਹਾਂ, ਅਸੀਂ ਦੇਖਦੇ ਹਾਂ ਕਿ ਕਿੰਨਾ ਕੋਲ ਤਾਂ ਇਨਹੈਰੈਂਟ ਪ੍ਰੋਪਰਟੀ, ਆਪਣੇ ਪੁਰਖਿਆਂ ਦੀ ਕਮਾਈ ਹੋਈ ਜਾਇਦਾਦ ਹੈ, ਬਹੁਤ ਜ਼ਿਆਦਾ ਵੀ ਹੈ। ਸੋ ਉਹਨਾਂ ਨਾਲ ਮੈਚ ਉਹ ਲੋਕ ਨਹੀਂ ਕਰ ਸਕਦੇ ਜਿਨ੍ਹਾਂ ਨੂੰ ਪੁਰਖਿਆਂ ਵੱਲੋਂ ਕੁਝ ਵੀ ਨਹੀਂ ਮਿਲਿਆ। ਦੂਸਰੀ ਗੱਲ, ਇੰਪਲੋਇਮੈਂਟ ਦੀ ਗੱਲ ਕਰੀਏ, ਕਿਸੇ ਦੀ ਤਨਖਾਹ ਬਹੁਤ ਜ਼ਿਆਦਾ, ਕਿਸੇ ਦੀ ਬਹੁਤ ਘੱਟ ਹੈ,
तो मैच नहीं हो सकती। बिजनेस की गल करिए तो कई बिजनेस बहुत वॉस्ट है, कई बिल्कुल छोटा है, इनकम दे विच बहुत गैप है। सो ये गरीबी दूर कितना होएगी ये असी सारे समझते हैं, क्योंकि जो इनकम दे विच प्रॉपर्टी दे विच इनहेरिटेंस दे विच इन्ना ज़्यादा गैप है तो ये गरीबी कितना दूर होएगी ये बिल्कुल सोचने का विषय। फिर भी एक हारमोनी होनी चाहिए है, कोई किसी नूं मारे ना हक दे वजो, कोई किसी की जायदाद लुटे ना, कोई इदां दा माहौल ना बने कि एक उठ के दूजे नूं मारदा पिया। ह्यूमन राइट्स का बिल्कुल जिन्हों आपां कहिंदे आ कान हुंदा पिया, ह्यूमन राइट्स के वाल आपां ध्यान नहीं देंदे, क्योंकि बेसिकली इकोनमी नूं या इकोनमी दे विच बैठे सारे गरीब अमीर नूं असी हारमोनी तां ही दे सकदे आ, कोहरेंस असी उदों ही दे सकदे जदों ह्यूमन राइट्स नूं असी आधार बना के चलांगे। आपां अगली गल चलदे आ अपने विषय ते आउंदे आ इकोनमी दे उत्ते ही, क्योंकि असी देखते हैं वर्ल्ड मार्केट, असी देखते हैं इंडिया दी मार्केट, वर्ल्ड मार्केट प्रभावित करती है जो सारे रेट्स ने, होलसेल मार्केट जो साड़ी बैठी हुई है भारत दी, और असी देखते हैं होलसेल मार्केट दे प्राइसेस घट ने जे वर्ल्ड मार्केट दे नाल असी उन्हों मैच करके चलते हैं माइनस दे विच जा रहे हैं, पर जिहड़ी कंज्यूमर प्रोडक्ट्स ने जिहड़ी प्रचून दी छोटी छोटी फुटकल जिन्हों आपां कहिंदे आ सारी मार्केट है, प्राइस छोटी छोटी दुकानों पर प्राइस या छोटे छोटे आइटम्स की प्राइस वो प्लस ने, महंगाई ज़्यादा है, बहुत ज़्यादा है। सो ये होलसेल मार्केट डाउन है, माइनस विच है, और कंज्यूमर मार्केट परचून दी मार्केट जी है वो प्लस दे विच है। व्हाट इज़ द रीज़न बिहाइंड राजीव जी? मैं इनू पहला अपने पिछले वाले जवाब के नाल जोड़ना चाहुंदा जी। देखो जदों गरीबी एक पासे ज़्यादा हो रही है, बेरोजगारी ज़्यादा हो रही है, जिहड़ी लोकां दी इनकम है, लोकां दे जिहड़े पैसे जिहड़ी तनखाह आउणी है, जो उहनां नूं वेजिस मिलने ने वह घट हो रहे हैं, उत्तों दी महंगाई की मार उहनां दे उत्ते पै रही है। सो इहदे नाल की हो रहा भी लोकां दा जीना जिहड़ा है, ईज़ ऑफ लिविंग किते नहीं रह जांदी। ईज़ ऑफ डूइंग बिजनेस तो भावें हो सकती है हिंदुस्तान च, पर ईज़ ऑफ लिविंग जी है आम लोगों के लिए जोड़ा रहना सहना वह बहुत औखा हो रहा है। हूँ आप गल करते हैं जी, जो सवाल मैं खन्ना साहब पेश किया भी होलसेल प्राइस इंडैक्स जी थोक महंगाई है और जी परचून की महंगाई है, कंज्यूमर प्राइस इंडैक्स जोड़ा है, इन्होंने इन्ना वितकरा क्यों है, होलसेल प्राइस बद क्यों रही है और कंज्यूमर प्राइस जोड़े हैं वह घट, सॉरी होलसेल प्राइस जोड़े हैं वह घट क्यों रहे हैं, नैगेटिव क्यों जा रहे हैं, कंज्यूमर प्राइस जोड़े बद क्यों रहे हैं। देखो जी रीज़न यदा यह है भी होलसेल प्राइस में जो असी विश्लेषण करते हैं, थोक की महंगाई के ज़्यादातर जोड़ा हिस्सा है वह मैनुफैक्चर प्रोडक्ट्स का होंगे, वह जड़िया असी उत्पाद जिहड़े बनाउने हैं मैनुफैक्चरिंग करते हैं उहदा ज़्यादा हिस्सा तकरीबन तकरीबन 65% का, जबकि जो असीं कंज्यूमर प्राइस की गल करते हैं, कंज्यूमर रिटेल इनफ्लेशन की गल करते हैं, इहदे च ज़्यादा भार जिहड़ा है तकरीबन 45% जिहड़ा भार है, 45-47% जिहड़ा भार है वह हैगा जी खाण वालियां वस्तां दा। तो पिछले कुछ महीनों दौरान असीं देखिया बई कौमांतरी पद्धर दे उत्ते इदां होया के तेल दे रेट, कोले दे रेट, नैचुरल गैस दे, बिजली दे, जेड़ा फर्टिलाइजर है, ये इंटरनेशनल मार्केट दे विच जेड़ियां चीज़ां असीं आयात करते हैं, इंपोर्ट करते हैं, उन्हां दे रेट गिरे हैं। चाइना खास करके दा एक बड़ा फैक्टर है, चाइना दे विच डिफलेशन आ गई है, चाइना दे विच एक रिसेशन चल पे, एक मंदी चल पई है, उहदे करके चाइना दे विच रेट जेड़े हैं गिरे हैं। इंटरनेशनल मार्केट दे विच कुछ रूस यूक्रेन जंग जिहड़ी है वह भी थोड़ी जिस तरीके दे नाल वह पहला सीगी उन्नी तेजी दे नाल नहीं बद रही, नहीं चल रही जिन्नी तेजी नाल पहला चली सी, तां इंटरनेशनल मार्केट दे विच रेट जिहड़े ने इन्हां चीज़ां दे जिहड़ी मैनुफैक्चरिंग गुड्स हैं वह घटे ने। सो उहदा इंपैक्ट आया कि साडी होलसेल प्राइस इंडैक्स जिहड़ा है जिहड़ी थोक महंगाई है वह भी घटी है, जबकि जो असीं कंज्यूमर प्राइस इंडैक्स की गल करते हैं, कंज्यूमर प्राइस इंडैक्स लगातार बढ़ रहा है, इहदा अर्थ है बई जिहड़ी लोकां नूं महंगाई की मार पै रही है वह ज़्यादा पै रही है। क्यों ज़्यादा पै रही है? क्योंकि उन्होंने खाण दीआं चीज़ां ते असीं देखदे हां दुध दे रेट जिहड़े ने वह ज़्यादा, मीट अंडे दे रेट जिहड़े ने वह वधे हुए हैं,
टमाटर, हालांकि ये टमाटर अगले बार ही आना है, टमाटर इस महंगाई की ओदे विच अकाउंट फॉर नहीं होया, जून के महीने के डाटा है, लेकिन टमाटर ऑलरेडी पहला भी महंगा सेगा। उस तो अलावा मसाले जड़े ने ओदी महंगाई हैगी है, कणकों की महंगाई, आटे की महंगाई जी है, चार चुफेरे खाण वाली चीज़ों की महंगाई हुई हुई है, जिदे करके साड़ी जी थोक भी है जी महंगाई वह तो भावें घट रही है, नैगेटिव के चल रही है, लेकिन परचून की महंगाई जो थोनू और मैनू जिस रेट से असी चीज़ा खरीद रहे हैं वह लगातार बढ़ रही है। ओके, मतलब यह है कि गैप थोड़ा टैक्निकल है, आम जनता या आम लोग इसनों नहीं समझ पाएंगे शायद, पर थोड़े दिमाग के उत्ते जोर पाते समझ सकते हैं कि यह सब की चल रहा। पर इतने आके एक सवाल जो पब्लिक हमेशा चुकती है तेल दे खेतर दे खास करके, क्योंकि असी जानते हैं कि इंटरनेशनल प्राइस डाउन आ, पर फिर भी तेल की प्राइस ज़्यादा है, और कई बार कहते हैं कि सूबा अपने पद्धर के उत्ते वैट लगा देता है, GST तो गवर्नमेंट वालों सेंट्रल गवर्नमेंट वालों होंगी है, और जे GST कटा भी दी जाए या सेंट्रल गवर्नमेंट रिलैक्सेशन देता है तो हर स्टेट अपने हिसाब नाल वैट लगा के रेट तय कर लेंदी है। सो ये तमाम गल्लां ने, रेट की आप गल करांगे, आपां तेल की गल करते हैं कि जिस तरह तुसीं यूक्रेन की गल की है, रशिया की गल की है, रशिया वालों तो साउदी अरब वालों जो सानू तेल आंदा है साड़ी लोड़ दा जरूरत दा उदी कटौती हो रही है, कट रहा है, वो सानू कट सप्लाई कर रहे हैं, असी इंपोर्ट तो करना चाहते हैं पर उन्हां कोल है नहीं या कोई कारण ने मजा मजबूरी हो सकती है, वो वजह कोई भी हो सकती है, पर असी उदा इंपैक्ट की देखते हाँ कि साड़ी महंगाई के उत्ते की इंपैक्ट पाएगा, तेल दीआं कीमतां वधनगियां कटनगियां या बाकी गुड्स दीआं कीमतां नूं वधाया जाएगा, तेल दीआं कीमतां नूं मेनटेन रखण वास्ते। जितों तक साउदी अरब का ते रशिया का सवाल है, जो तेल की सप्लाई की कटौती हो रही है, राजीव जी देखो जी तेल का जिहड़ा हिसाब है सर, तेल जिहड़ा हैगा ਇਹ ਰਸ਼ੀਆ ਤੋਂ ਅਸੀਂ ਲੈਣਾ ਸ਼ੁਰੂ ਕੀਤਾ, ਰੂਸ ਦਾ ਤੇਲ ਜਿਹੜਾ ਹੈ ਅਸੀਂ ਯੂਜ਼ ਕਰ ਰਹੇ ਸੀਗੇ ਪਿਛਲੇ ਕੁਛ ਸਮੇਂ ਤੋਂ, ਜਦੋਂ ਤੋਂ ਰੂਸ ਦੇ ਉੱਤੇ ਸੈਂਕਸ਼ਨਸ ਲੱਗੀਆਂ ਸੀ, ਜਦੋਂ ਨਾਟੋ ਕੰਟਰੀਜ਼ ਨੇ ਜਾਂ ਅਮਰੀਕਾ ਨੇ ਰੂਸ ਦੇ ਉੱਤੇ ਕਈ ਤਰੀਕੇ ਦੀਆਂ ਪਾਬੰਦੀਆਂ ਲਾਤੀਆਂ, ਉਸ ਤੋਂ ਬਾਅਦ ਰੂਸ ਨੇ ਕੱਚਾ ਤੇਲ ਜਿਹੜਾ ਹੈ ਉਹ ਹਿੰਦੁਸਤਾਨ ਨੂੰ ਦੇਣਾ ਸ਼ੁਰੂ ਕਰਤਾ, ਕਿਉਂਕਿ ਰੂਸ ਨੇ ਆਪਣੇ ਤੇਲ ਦੇ ਰੇਟ ਘਟਾ ਦਿੱਤੇ, ਜਦੋਂ ਰੇਟ ਘਟੇ ਹਿੰਦੁਸਤਾਨ ਨੇ ਰੂਸ ਤੋਂ ਜ਼ਿਆਦਾ ਤੇਲ ਖਰੀਦਣਾ ਸ਼ੁਰੂ ਕਰਤਾ, ਉਹ ਤੇਲ ਜਿਹੜਾ ਸੀਗਾ ਅਸੀਂ ਚੱਕ ਕੇ ਰਿਫਾਈਨ ਕਰਕੇ ਯੂਰਪ ਨੂੰ ਦੇਣਾ ਸ਼ੁਰੂ ਕਰਤਾ, ਯਾਨੀ ਕਿ ਜਿਹੜਾ ਰੂਸ ਦਾ ਤੇਲ ਸੀ ਡਾਇਰੈਕਟ ਨਹੀਂ ਸੀ ਜਾ ਰਿਹਾ, ਲੇਕਿਨ ਹਿੰਦੁਸਤਾਨ 'ਚੋਂ ਰਿਫਾਈਨ ਹੋ ਕੇ ਜਾ ਰਿਹਾ ਸੀ, ਚਾਹੇ ਉਹ ਪ੍ਰਾਈਵੇਟ ਸੈਕਟਰ ਦੀਆਂ ਰਿਫਾਈਨਰੀ ਸੀਗੀਆਂ, ਨਾਇਰਾ ਜਾਂ ਰਿਲਾਇੰਸ ਵਾਲੀਆਂ ਰਿਫਾਈਨਰੀ ਸੀ, ਜਾਂ ਪਬਲਿਕ ਸੈਕਟਰ ਦੀਆਂ ਰਿਫਾਈਨਰੀ ਸੀਗੀਆਂ, ਇਹਨਾਂ ਸਾਰਿਆਂ ਨੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕੀਤੀ ਹੈ ਪਿਛਲੇ ਇੱਕ ਸਾਲ ਦੇ ਵਿੱਚ। ਜਿੱਥੇ ਤੱਕ ਤੇਲ ਦੇ ਰੇਟ ਦਾ ਸਵਾਲ ਹੈ, ਤੇਲ ਦਾ ਰੇਟ ਡੀਰੈਗੂਲੇਟਡ ਕਾਗਜ਼ਾਂ ਦੇ ਵਿੱਚ ਕਿਤਾਬਾਂ ਦੇ ਵਿੱਚ ਤਾਂ ਹੈਗਾ, ਲੇਕਿਨ ਅਸਲ ਦੇ ਵਿੱਚ ਤੇਲ ਦਾ ਰੇਟ ਜਿਹੜਾ ਇਹ ਡਿਪੈਂਡ ਕਰਦਾ ਚੋਣਾਂ ਹੈਗੀਆਂ ਕਿ ਨਹੀਂ, ਜੇ ਚੋਣਾਂ ਹੈਗੀਆਂ ਤੇਲ ਥੱਲੇ ਜਾਏਗਾ, ਜੇ ਚੋਣਾਂ ਨਹੀਂ ਹੈਗੀਆਂ ਤਾਂ ਤੇਲ ਜਿਹੜਾ ਹੈ ਹਿੰਦੁਸਤਾਨ 'ਚ ਉੱਤੇ ਜਾਏਗਾ, ਇਰਰਿਸਪੈਕਟਿਵ ਆਫ ਇੰਟਰਨੈਸ਼ਨਲ ਮਾਰਕੀਟ 'ਚ ਕੀ ਹੋ ਰਿਹਾ। ਜਦੋਂ ਤੱਕ ਇੰਟਰਨੈਸ਼ਨਲ ਮਾਰਕੀਟ ਦਾ ਸਵਾਲ ਹੈ, ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜੋ ਐਸਟੀਮੇਟਸ ਲਾਏ ਸੀ ਜਦੋਂ ਸਰਕਾਰ ਨੇ ਬਜਟ ਬਣਾਇਆ ਸੀਗਾ ਫਰਵਰੀ ਮਾਰਚ ਦੇ ਮਹੀਨੇ ਦੇ ਵਿੱਚ, ਸਰਕਾਰ $100 ਪ੍ਰਤੀ ਬੈਰਲ ਦੇ ਹਿਸਾਬ ਦੇ ਨਾਲ ਤੇਲ ਦਾ ਰੇਟ ਲੈ ਕੇ ਗਈ ਸੀ ਵੀ ਇੰਨੇ ਤੇ ਸਾਨੂੰ ਅਗਲੇ ਸਾਲ ਦੇ ਵਿੱਚ ਮਿਲੇਗਾ 2023-24 ਦੇ ਵਿੱਚ, ਲੇਕਿਨ ਇਸ ਵੇਲੇ ਤੇਲ ਦੀ ਕੀਮਤ ਜਿਹੜੀ ਹੈ $75 ਪ੍ਰਤੀ ਬੈਰਲ ਤੋਂ ਲੈ ਕੇ $80 ਪ੍ਰਤੀ ਬੈਰਲ ਦੇ ਵਿੱਚ ਹੈ, ਤਾਂ ਇਹਦਾ ਮਤਲਬ ਸਰਕਾਰ ਨੂੰ ਸਸਤਾ ਤੇਲ ਮਿਲ ਰਿਹਾ। ਲੇਕਿਨ ਹੁਣ ਕੀ ਹੋਇਆ, ਜਿਹੜੇ ਡਾਇਨਾਮਿਕਸ ਹੈ ਤੇਲ ਦੇ ਉਹ ਚੇਂਜ ਹੋ ਗਏ ਨੇ, ਜਿਹੜੀ ਇਕੁਏਸ਼ਨ ਹੈ ਓਪੇਕ ਦੀ ਉਹ ਚੇਂਜ ਹੋ ਗਈ ਹੈ। ਜਿਹੜੀ ਗੱਲ ਤੁਸੀਂ ਗੱਲ ਕੀਤੀ ਹੈ ਖੰਨਾ ਸਾਹਿਬ ਕਿ ਰਸ਼ੀਆ ਤੇ ਜਿਹੜਾ ਸਾਊਦੀ ਅਰੇਬੀਆ, ਸਭ ਤੋਂ ਜ਼ਿਆਦਾ ਤੇਲ ਇਹਨਾਂ ਮੁਲਕਾਂ ਦੇ ਵਿੱਚ ਹੈ ਦੋਨਾਂ 'ਚ, ਇਹ ਦੋਨੋਂ ਮੁਲਕਾਂ ਨੇ ਕਟੌਤੀ ਕਰਤੀ ਹੈ ਵੀ ਅਸੀਂ ਤੇਲ ਜਿਹੜੀ ਹੈ ਅਸੀਂ ਘਟਾ ਦੇਣ, ਹੁਣ ਤੇਲ ਦੇ ਰੇਟ ਵਧਣਗੇ, ਨਾਲੇ ਜੇ ਤੇਲ ਦੇ ਰੇਟ ਵਧਣਗੇ ਹਿੰਦੁਸਤਾਨ ਦੇ ਵਿੱਚ ਵੀ ਵਧਣਗੇ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹਿੰਦੁਸਤਾਨੀ ਭੁੱਲ ਜਾਣ ਵੀ ਤੇਲ ਦੇ ਰੇਟ ਜਿਹੜੇ ਹੈ ਕਿਤੇ ਸਾਨੂੰ ਸਸਤੇ ਮਿਲ ਸਕਦੇ, ਅਨਲੈਸ ਐਂਡ ਅੰਟਿਲ ਕੋਈ ਇਲੈਕਸ਼ਨਸ ਨਾ ਆ ਜਾਣ। ਜੇ ਛੱਤੀਸਗੜ੍ਹ ਦੀ, ਮੱਧ ਪ੍ਰਦੇਸ਼ ਦੀ, ਰਾਜਸਥਾਨ ਦੀ ਇਲੈਕਸ਼ਨਸ ਡਿਕਲੇਅਰ ਹੋ ਜਾਂਦੀਆਂ, ਹੋ ਸਕਦਾ ਤੇਲ ਦੇ ਰੇਟ ਨੀਚੇ ਚਲੇ ਜਾਣ, ਲੇਕਿਨ ਇੰਟਰਨੈਸ਼ਨਲ ਮਾਰਕੀਟ ਦੇ ਨਾਲ ਸਾਡੇ ਤੇਲ ਦੇ ਰੇਟ ਕਿਸੇ ਤਰੀਕੇ ਦੇ ਨਾਲ ਕਨੈਕਟਡ ਨਹੀਂ ਹੈ, ਇਹ ਚੀਜ਼ ਸਾਫ਼ ਹੋ ਜਾਂਦੀ ਹੈ। ਇੱਕ ਇਹਦੇ 'ਚ ਪੁਆਇੰਟ ਹੋਰ ਜਿਹੜਾ ਜੁੜਦਾ ਹੈ, ਉਹ ਬਿੰਦੂ ਇਸ ਤਰੀਕੇ ਦੇ ਨਾਲ ਹੈ ਵੀ ਹਜੇ ਤੱਕ ਅਸੀਂ ਜਿਹੜੀ ਪੇਮੈਂਟ ਕਰਦੇ ਸੀ ਰੂਸ ਨੂੰ, ਉਹ ਕਰਦੇ ਸੀ ਅਸੀਂ
ਪਹਿਲਾਂ ਤਾਂ ਅਸੀਂ ਰੁਪਈਏ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਰੂਸ ਦੇ ਵਿੱਤ ਰੂਸ ਦੇ ਐਕਸਟਰਨਲ ਅਫੇਅਰਸ ਮਿਨਿਸਟਰ ਜਿਹੜੇ ਇੱਥੇ ਸ਼ੰਘਾਈ ਕੋਆਪਰੇਸ਼ਨ ਮੀਟ ਦੇ ਵਿੱਚ ਆਉਂਦੇ, ਉਹ ਕਹਿੰਦੇ ਸਾਡੇ ਕੋਲ ਰੁਪਈਆ ਤਾਂ ਇੰਨਾ ਇਕੱਠਾ ਹੋ ਗਿਆ, ਰੁਪਈਏ ਦਾ ਕਰੀਏ ਕੀ ਅਸੀਂ, ਰੁਪਈਆ ਯੂਜ਼ ਹੀ ਨਹੀਂ ਹੁੰਦਾ ਇੰਟਰਨੈਸ਼ਨਲ ਮਾਰਕੀਟ 'ਚ। ਉਹਨਾਂ ਨੇ ਕਿਹਾ ਸਾਨੂੰ ਤਾਂ ਤੁਸੀਂ ਪੇਮੈਂਟ ਔਰ ਡਾਲਰ ਚੱਲ ਨਹੀਂ ਸੀ ਸਕਦਾ, ਡਾਲਰ ਦੇ ਉੱਤੇ ਸੈਂਕਸ਼ਨਸ ਲੱਗੀਆਂ ਹੋਈਆਂ ਰਸ਼ੀਆ ਦੇ ਵਿੱਚ, ਇਸ ਕਰਕੇ ਉਹਨਾਂ ਨੇ ਵਾਇਆ ਮੀਡੀਆ ਕੱਢਿਆ, ਉਹਨਾਂ ਨੇ ਕਿਹਾ ਵੀ ਤੁਸੀਂ ਯੁਆਨ ਦੇ ਵਿੱਚ ਸਾਨੂੰ ਪੇਮੈਂਟ ਕਰੋ। ਯੁਆਨ ਨੂੰ ਜਿਹੜਾ ਚਾਈਨਾ ਦਾ ਯੁਆਨ ਜਿਹੜਾ ਹੈ ਹਿੰਦੁਸਤਾਨ ਨੂੰ ਉਹਨੂੰ ਲੈ ਕੇ ਤਕਲੀਫ ਹੈ ਕਿਉਂਕਿ ਸਿਆਸੀ ਕਾਰਨ ਨੇ, ਹਿੰਦੁਸਤਾਨ ਚੀਨ ਦਾ ਯੁਆਨ ਜਿਹੜਾ ਹੈ ਉਹ ਨਹੀਂ ਦੇ ਸਕਦਾ ਸੀ। ਤਾਂ ਅਲਟੀਮੇਟਲੀ ਇਹ ਸਾਰੇ ਦੇ ਵਿੱਚ ਜੋ ਨਿਕਲ ਕੇ ਆਇਆ ਕਿ ਦਿਰਹਮ ਦੇ ਵਿੱਚ ਪੇਮੈਂਟ ਹੁੰਦੀ ਰਹੀ, ਜਿਹੜਾ ਉੱਥੇ UAE ਦਾ ਗਲਫ ਦਾ ਦਿਰਹਮ ਹੈ ਉਹਦੇ 'ਚ ਹਿੰਦੁਸਤਾਨ ਨੇ ਪੇਮੈਂਟ ਸ਼ੁਰੂ ਕਰਤੀ ਕਰਨੀ। ਲੇਕਿਨ ਹੁਣ ਪਿੱਛੇ ਜੇ ਜਦੋਂ ਦੇ ਚੀਨ ਦੇ ਰਾਸ਼ਟਰਪਤੀ ਰਸ਼ੀਆ ਦੇ ਵਿੱਚ ਜਾ ਕੇ ਆਏ, ਪੁਤਿਨ ਸਾਹਿਬ ਦੇ ਨਾਲ ਮੁਲਾਕਾਤ ਕਰਕੇ ਆਏ, ਉਹਨਾਂ ਨੇ ਬੜਾ ਸਾਫ਼ ਤੌਰ 'ਤੇ ਕਹਿਤਾ ਬਈ ਹਿੰਦੁਸਤਾਨ ਨੂੰ ਕਹੋ ਕਿ ਯੁਆਨ ਦੇ ਵਿੱਚ ਪੇਮੈਂਟ ਕਰੇ। ਹੁਣ ਜੇ ਯੁਆਨ 'ਚ ਪੇਮੈਂਟ ਕਰਨੀ ਪੈਂਦੀ ਹੈ ਤਾਂ ਸਾਨੂੰ ਤੇਲ ਜਿਹੜਾ ਹੋਰ ਮਹਿੰਗਾ ਮਿਲੇਗਾ ਔਰ ਅਸੀਂ ਅਫੋਰਡ ਵੀ ਨਹੀਂ ਕਰ ਸਕਦੇ। ਜਾਂ ਤਾਂ ਅਸੀਂ ਰਸ਼ੀਆ 'ਚੋਂ ਤੇਲ ਖਰੀਦਣਾ ਛੱਡਾਂਗੇ, ਕਿਤੋਂ ਮਹਿੰਗਾ ਲਵਾਂਗੇ, ਅਤੇ ਉਹਦੇ ਕਰਕੇ ਵੀ ਲੋਕਾਂ ਨੂੰ ਰਾਹਤ ਨਹੀਂ ਮਿਲ ਸਕਦੀ। ਔਰ ਦੂਸਰਾ ਕਾਰਨ ਮੈਂ ਤੁਹਾਨੂੰ ਦੱਸਿਆ ਵੀ ਕਟੌਤੀ ਜਿਹੜੀ ਹੈ ਉਹ ਵੀ ਹੋ ਚੁੱਕੀ ਹੈ, ਉਹਦੇ ਕਾਰਨ ਵੀ ਹਿੰਦੁਸਤਾਨ ਨੂੰ ਕਿਸੇ ਤਰੀਕੇ ਨਾਲ ਮਹਿੰਗਾਈ ਤੋਂ ਰਾਹਤ ਨਹੀਂ ਮਿਲੇਗੀ। ਇਹ ਇੱਕ ਹੋਰ ਬੰਬ ਹੈ ਮਹਿੰਗਾਈ ਦਾ ਜਿਹੜਾ ਆਉਣ ਵਾਲੇ ਦਿਨਾਂ 'ਚ ਆ ਕੇ ਫਟ ਸਕਦਾ। ਸੋ ਫਿਰ ਸਾਰੀ ਗੱਲ ਜੋ ਲੋਕ ਡਿਸਕਸ ਕਰਨਗੇ, ਉਸ ਤੋਂ ਬਾਅਦ ਸਾਰੀ ਗੱਲ ਸਰਕਾਰ ਦੇ ਉੱਤੇ ਪਾਉਣਗੇ, ਸਰਕਾਰ ਕੀ ਕਰੇ, ਸਰਕਾਰ ਮਹਿੰਗਾਈ ਕੰਟਰੋਲ ਕਿੱਦਾਂ ਕਰੇ, ਸਰਕਾਰ ਲੋਕਾਂ ਦਾ ਜੀਵਨ ਸੁਖਾਲਾ ਕਿਵੇਂ ਕਰੇ, ਇਹ ਜੋ ਇੰਟਰਨੈਸ਼ਨਲ ਮਾਰਕੀਟ ਦਾ ਸਾਰਾ ਖੇਡ ਹੈ ਇਹਨੂੰ ਕਿੱਦਾਂ ਕੰਟਰੋਲ ਕਰੇ, ਫੋਰਨ ਪੋਲਿਸੀ ਕੀ ਹੋਣੀ ਚਾਹੀਦੀ ਹੈ, ਟ੍ਰੇਡ ਪੋਲਿਸੀ ਕੀ ਹੋਣੀ ਚਾਹੀਦੀ ਹੈ, ਤਮਾਮ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ ਇੰਨੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਜੇ ਆਪਾਂ ਕਰਨ ਲੱਗੀਏ ਤਾਂ ਰਾਤ ਪੈ ਜਾਏਗੀ। ਸੋ ਇੱਕ ਬਰੀਫ ਆਨਸਰ ਤੁਹਾਡੇ ਵੱਲੋਂ ਚਾਹਾਂਗਾ, ਗੌਰਮੈਂਟ ਕਰੇ। ਮੈਂ ਬਹੁਤ ਛੋਟੇ ਛੋਟੇ ਸੰਖੇਪ ਦੇ ਵਿੱਚ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਜੀ, ਇੱਕ ਇੱਕ ਪੁਆਇੰਟ ਦਊਂਗਾ। ਜਿੱਥੇ ਤੱਕ ਮਹਿੰਗਾਈ ਤੇਲ ਦੀ ਦਾ ਸਵਾਲ ਹੈ, ਹਿੰਦੁਸਤਾਨ ਜਿਸ ਤਰੀਕੇ ਦੇ ਪਹਿਲਾਂ ਹਿੰਦੁਸਤਾਨ ਨੇ ਕੰਟਰੈਕਟ ਕੀਤੇ ਸੀਗੇ ਤੇਲ ਵਾਲੀਆਂ ਨੇਸ਼ਨਸ ਦੇ ਨਾਲ, ਜਿੱਦਾਂ ਇਰਾਨ ਹੈ, ਇਰਾਨ ਦੇ ਨਾਲ ਇੱਦਾਂ ਦਾ ਕੰਟਰੈਕਟ ਕਰੇ ਹਿੰਦੁਸਤਾਨ ਮੁੜ ਕੇ ਜਿਹਦੇ 'ਚ ਅਸੀਂ ਰੁਪਈਏ ਦੇ ਵਿੱਚ ਪੇਮੈਂਟ ਕਰ ਸਕੀਏ, ਤਾਂ ਔਰ ਇਰਾਨ ਦੇ ਉੱਤੇ ਵੀ ਸੈਂਕਸ਼ਨਸ ਲੱਗੀਆਂ ਹੋਈਆਂ ਨੇ। ਇਸ ਤੋਂ ਪਹਿਲਾਂ ਕਿ ਇਰਾਨ ਜਾ ਕੇ ਰਸ਼ੀਆ, ਚਾਈਨਾ, ਪਾਕਿਸਤਾਨ ਔਰ ਗਲਫ ਇਹਨਾਂ ਸਾਰਿਆਂ ਦੇ ਖਿੱਤੇ ਦੇ ਵਿੱਚ ਮਿਲ ਜਾਵੇ, ਅਸੀਂ ਇਰਾਨ ਦੇ ਨਾਲ ਇੱਕ ਲੌਂਗ ਟਰਮ ਕੰਟਰੈਕਟ ਕਰ ਲਈਏ ਜਿਹਦੇ ਨਾਲ ਉਹ ਸਾਨੂੰ ਸਸਤਾ ਤੇਲ ਦਿੰਦਾ ਰਹੇ ਅਤੇ ਅਸੀਂ ਉਹਦੀ ਪੇਮੈਂਟ ਰੁਪਈਏ 'ਚ ਕਰਦੇ ਰਹੀਏ ਜੋ ਅਸੀਂ ਪਹਿਲਾਂ ਵੀ ਕਰਦੇ ਆਏ ਹਾਂ। ਇਹ ਤਾਂ ਹੈ ਤੇਲ ਦੇ ਤੇਲ ਵਾਲੇ ਪਾਸੇ ਤੋਂ। ਦੂਜੇ ਪੱਖ ਤੋਂ ਜਿਹੜੀ ਆਮ ਮਹਿੰਗਾਈ ਲੋਕਾਂ ਦੇ ਉੱਤੇ ਵੱਧ ਰਹੀ ਹੈ, ਜੋ ਦਿੱਲੀ ਦੇ ਵਿੱਚ ਸਰਕਾਰ ਨੇ ਕੀਤਾ, ਮੈਨੂੰ ਕੋਈ ਇਹਦੇ 'ਚ ਸਮੱਸਿਆ ਨਹੀਂ ਹੈ ਇਹ ਗੱਲ ਕਹਿਣ ਦੇ ਵਿੱਚ, ਕਿ ਉਹਨਾਂ ਨੇ 90 ਰੁਪਈਏ ਕਿਲੋ ਦੇ ਹਿਸਾਬ ਨਾਲ ਟਮਾਟਰ ਦੇਣੇ ਸ਼ੁਰੂ ਕਰਤੇ, ਸਰਕਾਰ ਨੇ ਵੰਡਣੇ ਸ਼ੁਰੂ ਕਰਤੇ। ਕਿਉਂ ਨਹੀਂ ਸਰਕਾਰ ਇਹ ਚੀਜ਼ਾਂ ਜਿਹੜੀਆਂ ਜ਼ਰੂਰੀ ਵਸਤਾਂ ਨੇ ਉਹ ਆਪ ਵੰਡਦੀ? ਸਰਕਾਰ ਨੇ ਚਾਵਲ ਦੀ ਬਾਰੇ ਕੋਸ਼ਿਸ਼ ਕੀਤੀ OMSS ਦੇ ਵਿੱਚ, ਓਪਨ ਮਾਰਕੀਟ ਸੇਲ ਦੇ ਵਿੱਚ ਸਰਕਾਰ ਨੇ ਨੈਫਡ ਦੇ ਥਰੂ, ਨੈਸ਼ਨਲ ਫੈਡਰੇਸ਼ਨ ਜਿਹੜੀ ਹੈ ਉਹਦੇ ਥਰੂ ਚਾਵਲ ਵੇਚਣ ਦੀ ਕੋਸ਼ਿਸ਼ ਕੀਤੀ, ਪਰ ਸਰਕਾਰ ਤੇ ਚਾਵਲ ਹੀ ਨਹੀਂ ਵਿਕੇ। ਕਾਰਨ ਉਹਨਾਂ ਨੂੰ ਇੱਦਾਂ ਲੱਗਦਾ ਜਿਹੜਾ ਚਾਵਲ ਖਰੀਦਣ ਵਾਲਾ ਵੀ ਜਦੋਂ ਸਤੰਬਰ ਅਕਤੂਬਰ ਦੇ ਵਿੱਚ ਚੌਲ ਨਵਾਂ ਆਏਗਾ ਉਹ ਹੋਰ ਸਸਤਾ ਮਿਲੇਗਾ। ਤਾਂ ਟਾਈਮਿੰਗ ਆਪਣੀ ਠੀਕ ਕਰਕੇ ਸਰਕਾਰਾਂ ਜਿਹੜੀਆਂ ਨੇ ਆਪ ਜੇ ਵੇਚਣਗੀਆਂ ਤਾਂ ਫਿਰ ਮਹਿੰਗਾਈ ਤੇ ਕਾਬੂ ਪਾ ਸਕਦੇ ਜੀ। ਰਾਜੀਵ ਜੀ, ਥੈਂਕ ਯੂ ਸੋ ਮੱਚ, ਤੁਸੀਂ ਇਸ ਵਿਸ਼ੇ ਦੇ ਉੱਤੇ ਸਾਡੇ ਨਾਲ ਆਪਣੀ ਜਾਣਕਾਰੀ ਸਾਂਝੀ ਕੀਤੀ ਹੈ ਔਰ ਸਾਨੂੰ ਇਨਲਾਈਟਨ ਕੀਤਾ ਕਿ GDP ਜਿੰਨੀ ਮਰਜ਼ੀ ਅੱਗੇ ਵਧੇ, ਸਾਡੀ ਅਰਥ ਵਿਵਸਥਾ ਜਿੰਨੀ ਮਰਜ਼ੀ ਸਟਰੋਂਗ ਹੋ ਜਾਵੇ, ਜਦੋਂ ਤੱਕ ਆਮ ਲੋਕਾਂ ਦੀ ਜ਼ਿੰਦਗੀ ਬਿਹਤਰ ਨਹੀਂ ਹੁੰਦੀ, ਆਮ ਲੋਕਾਂ ਦੀ ਜ਼ਿੰਦਗੀ ਦੇ ਉੱਤੇ ਉਹਦਾ ਅਸਰ ਨਹੀਂ ਪੈਂਦਾ, ਆਮ ਲੋਕਾਂ ਦਾ ਉਹਦੇ ਵਿੱਚ ਸ਼ੇਅਰ ਨਹੀਂ ਬਣਦਾ, ਉਦੋਂ ਤੱਕ ਇਹ GDP ਭਾਵੇਂ ਜਿੰਨੀ ਮਰਜ਼ੀ ਸਟਰੋਂਗ ਹੋਵੇ, ਇਹ ਆਮ ਲੋਕਾਂ ਨੂੰ, ਆਮ ਜਨਤਾ ਨੂੰ ਫਾਇਦਾ ਨਹੀਂ ਦੇ ਸਕਦੀ, ਕਿਉਂਕਿ ਆਮ ਜਨਤਾ ਤੱਕ ਸਾਰੀਆਂ ਫੈਸਿਲਿਟੀਜ਼, ਸਾਰੀਆਂ ਸਹੂਲਤਾਂ, ਸਾਰੇ ਫਾਇਦੇ ਪਹੁੰਚਣੇ ਚਾਹੀਦੇ ਨੇ, ਤਾਂ ਹੀ ਅਸੀਂ ਕਹਾਂਗੇ ਸਭ ਕਾ ਸਾਥ ਸਭ ਕਾ ਵਿਕਾਸ। ਬਹੁਤ ਬਹੁਤ ਸ਼ੁਕਰੀਆ ਰਾਜੀਵ ਜੀ, ਥੈਂਕ ਯੂ ਸੋ ਮੱਚ। ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਆਪਣੇ ਵਿਚਾਰ ਸਾਨੂੰ ਇਨਬੋਕਸ ਕਰੋ, ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।